सत श्री अकाल जी सारयां नूं, स्वागत है जी अज जी नवी वीडियो च। ते बाकी अज रोपड़ आए हुए थे, भाणजे नूं लेके आए अज आपां। मिलो जी भाणजे नूं अपने। सत श्री अकाल जी, क्या हाल है जी? ठीक है जी। अच्छा जी, होर बस क्या करदे आ जी? बस जी रोपड़ आए। रोपड़ आए ते जी क्या शॉपिंग करी अज भाणजे ने? समान जा लेना मेरी कपड़े कपड़े जी। अच्छा, शूज ले आए हैं जी? उच्ची बोलो जी थोड़ा जा। शूज और कपड़े। अच्छा जी, ते ब्याह नु जाना जी? हां जी, पाण जी ने ब्याह ता है नहीं अजे, ब्याह ता ये बहुत टाइम तक नाले गने ब्याह है जी, भी ब्याह दी शॉपिंग करी है जी। वैसे गई जा। अच्छा जी, ब्याह हैगा जड़ी फायदा बहुत ज्यादा डर पे 10-15 दिन है। 10-15 ते बद्दे पे है 15 के दिन। ਭਾਣਜੇ ਨੇ ਵਿਆਹ ਨੂੰ ਜਾਣਾ ਜੀ, ਹੈ ਨਾ ਜੀ? ਅੱਜ ਭਾਣਜੇ ਨੇ ਜਾਣਾ ਆਪਣੇ ਪਿੰਡ ਨੂੰ, ਜੇ ਹੋ ਸਕੀ ਨਾਨਕਿਆਂ ਨੂੰ ਜਾਣਾ ਅੱਜ ਭਾਣਜੇ ਨੇ, ਹੈ ਨਾ? ਜੇ ਹੋ ਸਕੀ ਕੋਸ਼ਿਸ਼ ਆਪਾਂ ਵਿਆਹ 'ਚ ਵੀ ਵਧੀਆ ਬਣਾ ਕੇ ਦਿਖਾ ਦਾਂਗੇ। ਵਿਆਹ 'ਚ ਮੈਂ ਤਾਂ ਜਾਣਾ ਨਹੀਂ, ਵਿਆਹ 'ਚ ਰਸੀਵ ਲੈ ਕੇ ਭੇਜ ਦੂੰਗੇ। ਤਾਂ ਤੂੰ ਬਣਾ ਕੇ ਭੇਜ ਦਿਆ ਬਣੇ ਭਾਈ, ਅਸੀਂ ਪਾ ਦੂੰਗੇ ਫਿਰ, ਠੀਕ ਆ? ਸਾਰਿਆਂ ਥੈਂਕ ਯੂ ਕਰ, ਤੇਰੀ ਵੀਡੀਓ ਪਹਿਲਾਂ ਸਾਰਿਆਂ ਨੂੰ ਥੈਂਕ ਯੂ ਕਹਿ, ਇੰਨਾ ਪਿਆਰ ਕਰਨ ਲਈ ਮੈਨੂੰ। ਅੱਜ ਜਾਊਂਗਾ ਨਾਨਕਿਆਂ ਨੂੰ, ਉੱਥੇ ਕਰਦੇ ਆ ਕੰਮ ਕਾਰ, ਦਿਖਾਉਂਗੇ ਤੁਹਾਨੂੰ ਕਿਆ ਕਰਦਾ ਭਾਣਜਾ, ਹੈ ਨਾ ਜੀ? ਠੀਕ ਹੈ, ਸ਼ੂਜ਼ ਤਾਂ ਦਿਖਾ ਦੇ ਆਪਣੇ, ਕਿਹੋ ਜਿਹੇ ਲਈ ਪਿੱਛੇ ਪਏ ਆ? ਚੱਲ ਫਿਰ ਦਿਖਾ ਦੂੰਗੇ ਘਰਾਂ ਜਾ ਕੇ, ਹੈ ਨਾ? ਨਹੀਂ ਘਰੋਂ ਦਿਖਾ ਦੇ, ਚੱਲ ਦਿਖਾਉਣੇ ਦਿਖਾ ਦੇ, ਮਰਜ਼ੀ ਆ ਤੇਰੀ, ਚੱਲ ਦਿਖਾ ਦੇ ਭਾਈ। ਪਤਾ ਨਹੀਂ ਡਿੱਗੀ ਵਿੱਚ ਹੈ। ਹੈਂ, ਲਿਆ 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 ਖੋਲੀਏ, ਇਹਨੇ ਦੋ ਚ, ਇੱਕ ਚ ਵਿਆਹ ਵਾਲੇ ਇੱਕ ਚ ਘਰ ਵਾਲੇ। ਅੱਛਾ, ਦੋ ਸ਼ੂਜ਼ ਲਿਆ ਆ? ਮੈਂ ਤਾਂ ਗੱਡੀ 'ਚ ਬੈਠਾ ਰਹਿ ਗਿਆ, ਤੂੰ ਤਾਂ ਸ਼ੋਪਿੰਗ ਕਰਕੇ ਆ ਗਿਆ, ਦੋ ਸ਼ੂਜ਼ ਲਿਆ ਆ। ਘੈਂਟਾ ਪੂਰੇ ਬਾਈ, ਦੇਖ ਲੋ ਸਾਫ ਹੋ ਜਾਏਗਾ। ਲੱਗੇ ਪਹਿਲਾਂ ਆਪਾਂ ਜਿਹੜੀ ਪਹਿਲਾਂ ਦੁਕਾਨ ਚ ਲੱਗ ਗਏ ਤੇ ਉੱਥੇ ਤਾਂ ਵਧੀਆ ਨੀ ਤੇ ਯਾਰ, ਉਹ ਤਾਂ ਬੇਕਾਰ ਜੇ ਤੇ ਆ ਵਧੀਆ। ਅਸੀਂ ਆ ਗਏ ਰੋਪੜ ਦੇ ਬਾਜ਼ਾਰ ਮੈਗਾ ਮਾਲ 'ਚ, ਹੁਣ ਤੁਹਾਨੂੰ ਕਰਾਉਂਦੇ ਆ ਜੀ ਸ਼ਹਿਰ ਬਾਜ਼ਾਰ ਮੈਗਾ ਮਾਲ ਦੀ। ਅੱਛਾ ਜੀ, ਇਹ ਕਹਿੰਦਾ ਇਹ ਹਟਿਆ ਨਹੀਂ ਬਾਈ, ਕਹਿੰਦਾ ਵਿਸ਼ਾਲ ਮਾਲ ਘੁੰਮਣਾ ਹੀ ਘੁੰਮਣਾ, ਮਾਮੇ ਲੈ ਕੇ ਜਾ ਮੈਨੂੰ। ਜੇ ਫਲੋਰ ਤੇ ਉੱਪਰ ਤੇ ਹੇਠਾਂ ਨੂੰ ਬਣਾਉ ਕੇ ਹਾਈ ਦਿਖਾਉਂਦੇ ਆ ਫਿਰ। ਚਲੋ ਜੀ ਦੇਖੋ ਜੀ, ਟੌਪ ਤੇ ਖੜਾ ਮਨਿੰਦਰ ਸਿੰਘ, ਹੈ ਨਾ? ਡੱਬੇ ਵੀ ਲੈ ਲਿਆ ਟੋਕੀ। ਹਾਂਜੀ, ਖੌਦੇ ਪੱਤੇ ਲੈਣੇ ਆ ਜੀ ਤੁਸੀਂ, ਇੱਧਰ ਨੂੰ ਆ ਜਾਓ। ਹਟਦਾ ਨਹੀਂ, ਮੇਰੀ ਵੀ ਘੁੰਮਣੀ ਘੁਮਾਈ ਪਈ ਹੈ ਇਹਨੇ ਮਗਰੇ ਮਗਰ। ਹਾਂ, ਚੱਕ ਲਾ ਜਿਹੜਾ ਕੁਛ ਖਾਣਾ, ਮਿੱਠੇ ਦੇ ਬਗੈਰ ਜੋ ਮਰਜ਼ੀ ਚੱਕ ਲਾ। ਹਾਂ, ਦੱਸ ਕਿਆ ਖਾਣਾ ਹੈ ਬੋਲ। ਹੈਂ, ਘੁੰਮ ਹੀ ਜਾਂਦਾ ਏ, ਤੂੰ ਦੇਖ ਲਾ ਹੌਲੀ ਹੌਲੀ। ਖੇਲਾਂ ਆ ਗਈਆਂ ਬਾਈ ਮਨਿੰਦਰ ਦੀਆਂ, ਹੈਂ? ਖਾਣੇ ਤਾਂ ਮਿਲਿਆ ਨਹੀਂ ਕੁਛ ਮਨਿੰਦਰ ਨੂੰ, ਹੁਣ ਖੇਲਾਂ ਵੱਲ ਹੀ ਲਿਆ ਆ, ਹੈ ਨਾ? ਲਓ ਜੀ ਬਾਈ, ਕੱਲ੍ਹ ਸ਼ੋਪਿੰਗ ਕਰਿਆ ਤਾਂ ਭਾਣਜਾ, ਕੱਲ੍ਹ ਆਪਾਂ ਤਾਂ ਵਲੌਗ ਨਹੀਂ ਬਣਿਆ ਆ ਕੇ, ਅਤੇ ਅੱਜ ਇਹ ਕਹਿੰਦਾ ਮੈਂ ਗੀਤ ਸੁਣਾਉਣੇ ਆ ਤੁਹਾਨੂੰ, ਗੀਤ ਸੁਣਾਊਂਗਾ ਇਹ। ਚਲੋ ਜੀ, ਕਿੰਨੇ ਗੀਤ ਸੁਣਾਉਣੇ ਆ ਜੀ? ਪੰਜ।
ਪੰਜ ਕਿਹੜੇ ਸਿੰਗਰ ਦੇ ਆ ਜੀ? ਸਿੱਧੂ ਦੇ। ਸਿੱਧੂ ਦੇ ਫੈਨ ਆ ਤੁਸੀਂ ਜੀ? ਕਿਹੜੇ ਸਿੰਗਰ ਦੇ ਫੈਨ ਆ? ਸਿੱਧੂ ਦੇ। ਚਲੋ ਫਿਰ ਸੁਣਾਓ, ਕਿਹੜਾ ਗੀਤ ਸੁਣਾਉਣਾ ਜੀ? ਮੁਸੀਬਤ ਮਰਦਾ ਤੇ ਬਹਿੰਦੀ ਰਹਿੰਦੀ ਹੈ, ਦਵੀ ਨਾਲ ਤੇ ਦੁਨੀਆ ਸਵਾਲ ਲੈਂਦੀ ਹੈ, ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਮੰਨਾ ਮਿਆਈ ਰੇਟ ਮਿਲੂਗੀ, ਨਿੱਤ ਕੰਟਰੋਵਰਸੀ ਗ੍ਰੇਡ ਮਿਲੂਗੀ, ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ, ਜੇ ਸੱਚ ਬੋਲੇਗਾ ਤਾਂ ਮਿਲੂਗੀ 295, ਜੇ ਕਰੇਗਾ ਤਰੱਕੀ ਬੁੱਤੇ ਹੇਟ ਮਿਲੂਗੀ। ਨਹੀਂ ਨਹੀਂ ਮੀਡੀਆ ਕਈ ਬਣ ਬੈਠੇ ਅੱਜ ਦੇ ਅਖਬਾਰ, ਇੱਕੋ ਝੂਠ ਬੋਲਦੇ ਆ ਉਹ ਵੀ ਬਾਰ ਬਾਰ, ਬੈਠ ਕੇ ਜੀ ਨਾਨੀਆਂ ਨਾਲ ਕਰਦੇ ਆ ਜੂਲੀਆ ਤੇ ਸ਼ੂ ਦਾ ਨਾਮ ਰੱਖਦੇ ਆ ਜੱਜ ਦਾ ਵਿਚਾਰ, ਸ਼ਾਮ ਦੇ ਸਵੇਰੇ ਭਾਰ ਦੇ ਵੀ ਬਾਦ ਨੇ, ਅੱਗੇ ਪਿੱਛੇ ਕਰਦੇ ਹੀ ਰਾਤ ਬਾਦ ਨੇ। ਹਾਂਜੀ ਬਸ ਇੰਨਾ ਕੀ? ਅੱਛਾ ਜੀ, ਹੋਰ ਹੋਰ ਵੀ ਸੁਣਾਉਣਾ ਜੀ ਕੋਈ? ਹੌਲੀ ਹੌਲੀ ਯਾਦ ਕਰ ਲਓ, ਕੋਈ ਨਹੀਂ ਆਉਂਦੇ ਆ ਸਾਰੇ। ਚਲੋ ਫਿਰ ਸੁਣਾਓ ਕਿਹੜਾ ਹੈ ਅਗਲਾ। ਮੁੰਡਾ ਦੇਸੀ ਦੇ ਕਿਉਂ ਮੰਗੂ ਨੀ, ਉਹ ਗੋਟੇ ਜੀ ਦੀ ਆ ਮੜੀਰ ਘੁੰਮਦੀ, ਉਹਨੂੰ ਮੰਨਦਾ ਹੈ ਪਿਓ ਮੰਗੂ ਨੀ, ਨੀ ਨੀ ਖੱਬੀ ਖਾਨ ਖੁੰਜ ਲਾ ਦਾ ਮਿੱਠੀਏ, ਪੇ ਆਟੇ ਵਾਂਗੂ ਪੇ ਆ ਗੁੰਨੇ ਆ, ਮੈਂ ਤੇਰੇ 21 ਸਾਲਾਂ ਦੇ ਜੱਟ ਨੂੰ, ਨੀ ਨੀ ਵਾਈ ਵਾਈ ਕਹਿਣੀ ਦੁਨੀਆ, ਮੈਂ ਮੂਸੇ ਵਾਲਾ ਜੱਟ ਨਹੀਂ ਉਹ ਮਿਟਣਾ, ਪਈਆਂ ਟੈਟੂਆਂ ਨਾ ਬਾਹਾਂ ਪੁਣੀਆਂ, ਮੈਂ ਤੇਰੇ 21 ਸਾਲਾਂ ਦੇ ਜੱਟ ਨੂੰ, ਵਾਈ ਵਾਈ ਕਹਿਣੀ ਦੁਨੀਆ, ਇਹ ਤੇਰੇ ਬੰਬੇ ਬੁੰਬੇ ਵਾਲੇ ਮਿੱਠੀਏ, ਮੈਂ ਮੂਸੇ ਪਿੰਡੇ ਆਉਣ ਲਾ ਤੇ, ਨੀ 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 ਅਣਖੀਆ ਗੀਤ ਜੱਟ ਦੇ, ਸਿਰਾ ਦੋਨਾਂ ਲਾਉਂਦੇ ਚੁੰਨੀਆਂ, ਤੇਰੇ 21 ਸਾਲਾਂ ਦੇ ਸਿਰੇ ਤਾਂ ਲਾ ਦੇ ਹੁਣ, ਤੇਰੇ 21 ਸਾਲਾਂ ਦੇ ਜੱਟ ਨੂੰ, ਤੇਰੇ 21 ਸਾਲਾਂ ਦੇ ਜੱਟ ਨੂੰ, ਨੀ ਨੀ ਬਾਈ ਬਾਈ ਕਹਿਣੀ ਦੁਨੀਆ। ਬੱਲੇ ਬੱਲੇ, ਹੋਰ ਹੋਰ ਵੀ ਸੁਣਾਉਣਾ ਜੀ? ਚਲੋ ਚਲੋ ਜੀ, ਮਨਿੰਦਰ ਸਿੰਘ ਅਗਲਾ ਗੀਤ ਸੁਣਾਊਂਗਾ ਜੀ। ਵੇਖਦੇ ਸੂਰਜ ਮੰਗੂ ਤਪਦਾ, ਵੇਖਦੇ ਸੂਰਜ ਮੰਗੂ ਤਪਦਾ, ਸ਼ਾਂਤ ਸਵੇਰੇ ਵਰਗਾ ਆ, ਕਮੈਂਟ ਕਰ ਸਕਦੇ ਆ, ਸਾਈਡ ਤੇ ਕਮੈਂਟ ਦਿੱਤਾ ਹੋਇਆ ਹੈ। ਹਾਂਜੀ ਥੈਂਕ ਯੂ, ਥੈਂਕ ਯੂ। ਜੇ ਕੋਈ ਗਲਤ ਗੀਤ ਉੱਧਰ ਅੱਧਰ ਹੋ ਗਿਆ ਬਾਈ, ਕੋਈ ਗੱਲ ਨਹੀਂ, ਇੰਜੋਏ ਕਰਿਓ ਬਸ ਤੁਸੀਂ, ਹੈ ਨਾ। ਲਓ ਜੀ ਭਾਣਜੇ ਨੂੰ ਆ ਗਏ ਛੱਡਣ ਹੁਣ ਆਪਾਂ। ਭਾਣਜੇ ਨੇ ਸਮਾਨ ਦੇਖੋ ਕਿੰਨਾ ਇਕੱਠਾ ਕਰਿਆ ਦੀਵਾਲੀ ਦਾ, ਬੰਬ ਵੀ ਚੱਲ ਲਿਆ ਯਾਰ, ਤੈਅ ਕਿਆ ਕਰਾਉਣੇ ਹੁਣ ਡੱਬੇ ਖਾਲੀ। ਉਹਨੇ ਨਾ ਬੂਟੇ ਲਾਓਗੇ ਜਿੱਕਣਾ ਕੀ ਆ ਗੋਲਾ ਜੀ। ਹਾਂਜੀ ਇਹਨੂੰ ਨਾ ਇਹ ਵਿੱਚ ਮਿੱਟੀ ਭਰ ਕੇ ਆਪਾਂ ਕੋਈ ਬੂਟਾ ਲਾ ਦੇਣਾ। ਅੱਛਾ
ਜਿਹੜੀ ਤੈ ਉਹ ਬਣਾਈ ਤੀ ਕਲਾੜੀ ਬਣਾਈ ਤੀ ਕਿਆ ਬਣਾਇਆ ਤੈ ਆਹ ਉੱਪਰ ਤੇ ਬੰਦ ਕਰਤੀ ਜੀ ਇਹ ਬੰਦ ਕਾਹਦੇ ਕਰੀ ਆ ਪਤਾ ਚੱਕਰ ਗਿਆ ਤਾ ਜੀ ਇਹ ਕੁਛ ਵੀ ਬਣ ਸਕਦਾ ਹੈ ਜੀ ਅੱਛਾ ਹਨਾ ਕੋਈ ਵੀ ਟੈਬ ਇਹਦੇ ਜ਼ਿਆਦਾਤਰ ਤਾਂ ਇਹ ਚੋ ਵੀ ਬਣ ਸਕਦਾ ਹੈ ਫਿਰ ਮੈਂ ਸਕੀਮ ਲਾਈ ਵੀ ਇਹਨੂੰ ਵੀ ਟਕੜਾ ਹੈ ਆ ਜੋ ਇਹ ਸਕੀਮ ਦੱਸਾਂ ਹਮ ਅੱਧੇ ਨਾਲ ਆਹ ਦੇਖੋ ਜੀ ਇਹ ਗੋਲ ਗੋਲ ਦਿਖਦੇ ਹੁਣੇ ਆ ਸਾਨੂੰ ਦੇਖੋ ਮੈਂ ਬਣਾਇਆ ਪਿਆ ਅੱਛਾ ਹਨਾ ਆ ਸਾਰੇ ਗੋਲ ਗੋਲ ਜੇ ਨਾ ਇਹਨਾਂ ਨਾਲ ਇਹ ਤਿੰਨ ਲੈ ਲੜੇ ਆਪਾਂ ਨੇ ਚੱਕ ਲੜੇ ਆਹ ਮੈਂ ਇਹਨਾਂ ਨੂੰ ਚੱਕ ਕੇ ਇਹ ਕੁੜੇ ਲਾ ਲੜੇ ਕੁੜੇ ਲਾ ਲੜੇ ਕੁੜੇ ਲਾ ਠੀਕ ਬਸ ਠੀਕ ਹੈ ਆਪਣੀ ਜੀਰੀ ਤਾਂ ਵੱਢ ਲਈ ਤਾਂ ਆਪਣੀ ਵੱਢ ਲਈ ਜੀ ਕਿੰਨਾ ਕਿੰਨਾ ਝਾੜ ਆਇਆ ਜੀ ਤੁਹਾਡੀ ਜੀਰੀ ਦਾ ਦੱਸੋ ਮਾੜਾ ਜਿਹਾ ਜਿਹੜੀ ਤੁਹਾਡੀ ਲੱਗ ਕੇ ਆ ਰਹੀ ਸੀ ਤੂੰ ਦੱਸੋ ਪਹਿਲਾਂ ਇੱਧਰ ਦੱਸੋ ਜੀ ਕਿੰਨੇ ਝਾੜ ਆਇਆ ਜੀ ਕਿੰਨੇ ਕੁ ਜੀਰੀ ਹੋ ਗਈ ਸੀ ਝਾੜ ਜੀ ਆ ਗਿਆ ਹੁਣੇ 1 ਕਿਲੋ 1 ਕਿਲੋ 1 ਕਿਲੋ ਉਹ ਛੋਟੀ ਜੀ ਕਿਆਰੀ ਚੋਂ 1 ਕਿਲੋ ਝਾੜ ਆ ਗਿਆ ਭਾਈ ਲਾ ਲਿਓ ਆਪਣਾ ਹਿਸਾਬ ਹੁਣ ਕੀਲਾ ਮਿਲਾ ਕੇ ਹੁਣ ਬਣਾ ਲਿਓ ਕਿੰਨੇ ਹੀ ਔਸਤ ਨਿਕਲੀ ਆ ਕਿਹੜਾ ਬੀਜ ਤਾ ਬੀਜ ਤਾਂ ਪਤਾ ਨਹੀਂ ਬੀਜ ਪਤਾ ਹੀ ਤਾਂ ਅੱਛਾ 1 ਕਿਲੋ ਦਾ ਝਾੜ ਆ ਗਿਆ ਭਾਈ ਚੱਲ ਵਧੀਆ ਰਿਹਾ ਤਾਂ ਵੀ ਤੂੰ ਤੇਰੇ ਚ ਖਾਣੇ ਜੋਗੇ ਹੋ ਜੂਗੇ ਆਏ ਜੀ ਆਲੂ ਮੇਰੇ ਜਿਹੜੀ ਖੇਤ ਚ ਤੈ ਜੀਰੀ ਲਾਈ ਹੋਈ ਤੂੰ ਚਾਲੂ ਲਾ ਤੇ ਹੈਂ ਆਲੂ ਪੱਟਤੇ ਤੇਰੇ ਤੇਰੇ ਪਿੱਛੇ ਦੇ ਨਾਨਕਿਆਂ ਗਿਆ ਤੇ ਆਲੂ ਪੱਟਤੇ ਹੈ ਨਾ ਚੱਲ ਚੰਗਾ ਫਿਰ ਮਨਿੰਦਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿ ਦੇ ਸਤਿ ਸ੍ਰੀ ਅਕਾਲ ਕਰਦੇ ਸਾਰਿਆਂ ਨੂੰ ਬਾਏ ਬਾਏ ਕੇ ਫਿਰ ਮਿਲੂਗੇ ਜੀ ਬਾਏ ਬਾਏ ਫਿਰ ਮਿਲੂਗੇ ਇੱਧਰ ਨੂੰ ਬੋਲ ਕੇ ਬਾਏ ਬਾਏ ਫਿਰ ਮਿਲੂਗੇ।